हेलो एवरीवन, दिस इज विकी संधू साइनिंग इन फ्रॉम होम ग्लोबल चंडीगढ़ टुडे। सो अज एक इंफॉर्मेशन देना चाहता सीगा, इंफॉर्मेशन इनफैक्ट एक दिन दो देना चाहता, एक गुड न्यूज़ एक बैड न्यूज़। सो दोनों न्यूज़ मैंने लगता सीगा कि सारे ने शेयर करनी चाहिए है, तो बहुत सारे एप्लीकेंट ऐसे ने, क्वेरी भी लगातार जनरेट हो रही है, तो काफ़ी सारे DMs भी आ रहे, स्टूडेंट भी आके मिल रहे। सो जो चंडीगढ़ का माहौल देखा, सो मैंने लगता है कि इंफॉर्मेशन शेयर करनी चाहिए है तुहाडे नाल। सो अज रूबरू होए हैं जी, अगेन मौका मिलया जॉइन करन दा। सो पहली चीज़, अच्छा स्टार्ट करन तो पहले ही जतिन जी की रिक्वेस्ट है जी। सो मिस्टर जतिन गांधी ब्रांच मैनेजर जलंधर, इन्हों भी जॉइन कराने जी नाल ही अज। ਸੋ ਸਟਾਰਟ ਕਰਦੇ ਜੀ ਨਾਲ ਦੇ ਨਾਲ, ਅਗਰ ਕਿਸੇ ਦਾ ਕੋਈ ਵੀ ਕੁਐਸਚਨ ਹੈਗਾ ਤਾਂ ਤੁਸੀਂ ਰੇਜ਼ ਕਰ ਸਕਦੇ ਹੋ, ਅੱਜ ਥੋੜ੍ਹੀ ਜਿਹੀ ਗੱਲਬਾਤ ਵੀ ਕਰਾਂਗੇ। ਸੋ ਪਹਿਲੀ ਚੀਜ਼ ਜਿਹੜੀ ਬੈਡ ਨਿਊਜ਼, ਉੱਥੋਂ ਸ਼ੁਰੂ ਕਰਦੇ ਹਾਂ ਜੀ। ਓਨਟੈਰੀਓ ਦੇ ਵਿੱਚ ਪ੍ਰੋਵਿੰਸ ਨੇ ਕੁਛ ਡਿਸੀਜਨ ਲਏ ਨੇ, ਸੋ ਜਿਹਦੇ ਕਰਕੇ ਕੁਛ ਕੁ ਕਾਲਜਸ ਹੈਗੇ ਕਿ ਜਿਹਨਾਂ ਦਾ ਐਡਮਿਸ਼ਨ ਕ੍ਰਾਈਟੀਰੀਆ ਸਪੈਸ਼ਲੀ ਬਿਜ਼ਨਸ ਵਾਲੇ ਜਿਹੜੇ ਬੱਚੇ ਨੇ ਜਾਂ ਆਰਟਸ ਵਾਲੇ ਬੱਚੇ ਨੇ IBM ਜਾਂ GBM ਲੈ ਕੇ ਜਾਣਾ ਚਾਹੁੰਦੇ ਆ, ਸੋ ਕੋਰਸਿਸ ਔਰ ਕਾਲਜਸ 'ਤੇ ਰੋਕ ਲਾਈ ਗਈ ਹੈ, ਟੈਂਪਰਰੀ ਹੋਲਡ ਕੀਤਾ ਗਿਆ, ਜਿਹਦੇ ਕਰਕੇ ਇੰਟਰਨੈਸ਼ਨਲ ਐਡਮਿਸ਼ਨ ਜਿਹੜੀਆਂ ਨੇ ਨਹੀਂ ਲਈਆਂ ਜਾਣਗੀਆਂ। ਸੋ ਚੰਗੇ ਨਾਮੀ ਕਾਲਜਸ ਇਹਦੇ ਵਿੱਚ ਸ਼ਾਮਿਲ ਨੇ। ਇਹਦੇ ਨਾਲ ਨਾਲ ਬਹੁਤ ਸਾਰੇ ਕਾਲਜਸ ਐਸੇ ਹੈ ਕਿ ਜਿਨ੍ਹਾਂ ਨੇ ਆਪਦੀ ਡੈਡਲਾਈਨ ਖਤਮ ਕਰ ਦਿੱਤੀ ਹੈ ਅਤੇ ਜਨਵਰੀ ਦੀਆਂ ਸੀਟਸ ਅਵੇਲੇਬਲ ਨੇ ਹੁਣ, ਮਤਲਬ ਕਈ ਕਾਲਜਸ ਐਸੇ ਕਿ ਜਿਹੜੇ ਜਨਵਰੀ ਇਨਟੇਕ ਤੋਂ ਐਡਮਿਸ਼ਨ ਦੇ ਰਹੇ ਨੇ, ਅਤੇ ਕਈ ਕਾਲਜਸ ਐਸੇ ਨੇ ਜਿਹੜੇ ਮਈ ਜਾਂ ਸਪਟੰਬਰ 2025 ਇਨਟੇਕ ਦੇ ਰਹੇ ਨੇ। ਸੋ ਇਹਦੇ ਨਾਲ ਨਾਲ ਗੁੱਡ ਨਿਊਜ਼ ਇਹ ਹੈ ਕਿ ਬਹੁਤ ਸਾਰੇ ਐਸੇ ਸੀਗੇ। ਜਤਿਨ ਜੀ ਵੀ ਜੁਆਇਨ ਕਰ ਲਿਆ, ਵੈਲਕਮ ਜਤਿਨ ਜੀ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਠੀਕ ਠਾਕ ਹੋ? ਸਭ ਵਧੀਆ ਭਾਜੀ, ਸਭ ਵਧੀਆ ਜੀ। ਚਲੋ ਵਧੀਆ ਜੀ। ਸੋ ਕੀ ਮਾਹੌਲ ਚਾਲ ਹੈ ਜੀ ਜਲੰਧਰ ਦਾ? ਇੱਥੇ ਤਾਂ ਕਾਫੀ ਕੁਆਰੀ ਚੰਡੀਗੜ੍ਹ ਦੇ ਵਿੱਚ ਰੇਜ਼ ਹੋ ਰਹੀਆਂ ਸੀਗੀਆਂ, ਬੱਚੇ ਵਰਿਡ ਨੇ, ਤੇ ਥੋੜੀ ਜਿਹੀ ਓਨਟੈਰੀਓ ਨੇ ਵੀ ਨਿਊਜ਼ ਦਿੱਤੀ ਸੀਗੀ, ਉਹਨੂੰ ਲੈ ਕੇ ਵੀ ਥੋੜਾ ਜਿਹਾ ਦੇਖਿਆ ਕਿ ਇੰਟਰਨੈਸ਼ਨਲ ਐਡਮਿਸ਼ਨਸ ਨੂੰ ਰੋਕਿਆ ਜੀ ਓਨਟੈਰੀਓ ਦੇ ਕਈ ਕਾਲਜਸ ਨੇ। ਸੋ ਇੱਥੇ ਤਾਂ ਜਲੰਧਰ 'ਚ ਵੀ ਸੇਮ ਇਹੀ ਮਾਹੌਲ ਚੱਲਦਾ ਪਿਆ। ਇਸ ਵੇਲੇ ਕੈਨੇਡਾ ਦੀ ਕੁਆਰੀਜ਼ ਇਨਕਰੀਜ਼ ਹੋਣੀਆਂ ਸਟਾਰਟ ਹੋ ਗਈ। ਮੇਨ ਮੋਟਿਵ ਆਉਂਦਾ ਸੀਗਾ, ਮੇਨ ਜੋ ਵੀ ਬੱਚੇ ਦਾ ਮੁੱਦਾ ਆਉਂਦਾ ਸੀਗਾ, ਬਜਟ ਨੂੰ ਲੈ ਕੇ ਆਉਂਦਾ ਸੀਗਾ। ਸੋ ਆਪਾਂ ਰੀਸੈਂਟ ਉਹਦੇ ਤੇ ਸਟਾਰਟ ਕਰ ਦਿੱਤਾ ਬਜਟ ਨੂੰ ਲੈ ਕੇ, ਵੀ ਆਪਾਂ ਜੋ ਵੀ GIC ਦੇ ਖਰਚੇ ਦੇ ਵਿੱਚ ਬੱਚੇ ਨੂੰ ਭੇਜਾਂਗੇ, ਆਪਾਂ ਆਲਰੇਡੀ ਵੀਡੀਓਜ਼ ਉਹਦੇ ਤੇ ਪੋਸਟ ਕੀਤੀਆਂ ਹੈਗੀਆਂ, ਐਂਡ ਇਹ ਆਲਰੇਡੀ ਆਪਣੀ ਜਿਹੜੀ ਵੀ ਚੱਲਦੀ ਵੀ ਪ੍ਰੋਮੋਸ਼ਨ ਉਹਦੇ ਤੇ ਚੱਲਦੀ ਪਈ, ਵੀ ਬੱਚੇ ਦਾ ਮੇਨ ਬਜਟ ਨੂੰ ਲੈ ਕੇ ਸੀ। ਪਹਿਲਾਂ ਬਜਟ ਆਉਂਦਾ ਸੀ ਬੱਚੇ ਦਾ ਭਾਜੀ 25-26 ਲੱਖ ਰੁਪਏ ਦੇ ਵਿੱਚ ਬਜਟ ਆਉਂਦਾ ਸੀ, ਆਪਾਂ ਬਜਟ ਘਟਾ ਕੇ 14,47,000 ਰੁਪਏ ਦਾ ਬਜਟ ਬਣਾ ਦਿੱਤਾ। ਸੋ ਬਿਲਕੁਲ ਜਿਹੜੀ ਦੂਸਰੀ ਨਿਊਜ਼, ਗੁੱਡ ਨਿਊਜ਼ ਦੇਣਾ ਚਾਹੁੰਦਾ ਸੀਗਾ, ਸੋ ਜਤਿਨ ਜੀ ਨੇ ਸ਼ੇਅਰ ਕਰ ਲਿਆ। ਸੋ 14,47,000 ਦੇ ਵਿੱਚ ਹੁਣ ਸਟੂਡੈਂਟ ਆਪਦਾ ਵੀਜ਼ਾ ਹਾਸਲ ਕਰ ਸਕਦਾ ਹੈ, ਇੰਕਲੂਡਿੰਗ GIC ਇੰਕਲੂਡਿੰਗ। ਸੋ ਇਹਦੇ ਐਡਵਾਂਟੇਜ ਜਿਹੜਾ ਰਹੇਗਾ ਕਿ ਬਹੁਤ ਸਾਰੇ ਸਟੂਡੈਂਟ ਵਰਿਡ ਨੇ ਪ੍ਰੋਵਿੰਸ ਅਟੈਸਟੇਸ਼ਨ ਲੈਟਰ ਨੂੰ ਲੈ ਕੇ, ਕਿ ਕਈ ਕਾਲਜਸ ਨੇ ਹਜੇ ਤੱਕ ਅਟੈਸਟੇਸ਼ਨ ਲੈਟਰ ਦੇ ਉੱਤੇ ਕਲੈਰਿਟੀ ਰਿਲੀਜ਼ ਕਰਨੀਆਂ ਨੇ ਸਟਾਰਟ ਕੀਤੀਆਂ। ਇਵਨ ਹੋਮ ਗਲੋਬਲ ਜੋ ਹੈ ਕਿ ਇੱਕ ਦਿਨ ਦੇ ਵਿੱਚ ਅਟੈਸਟੇਸ਼ਨ ਲੈਟਰ ਪ੍ਰੋਵਾਈਡ ਕਰਕੇ ਦੇ ਰਿਹਾ, 15 ਦਿਨਾਂ ਦੇ ਵਿੱਚ ਫਾਇਲ ਅੰਬੈਸੀ ਦੇ ਵਿੱਚ ਲੌਗਇਨ ਕਰ ਰਿਹਾ। ਸੋ ਇੱਕ ਚੰਗੀ ਨਿਊਜ਼ ਆ ਉਹ ਐਪਲੀਕੈਂਟਸ ਲਈ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਨੇ। ਜਿੱਦਾਂ ਅੱਗੇ ਆਪਾਂ ਸਟਾਰਟ ਕੀਤਾ ਸੀ 47,500 US ਭੇਜਾਂਗੇ, ਸੇਮ ਇੱਦਾਂ ਹੀ 14,47,000 ਦੇ ਵਿੱਚ ਆਪਾਂ ਕੈਨੇਡਾ ਭੇਜਾਂਗੇ ਬੱਚੇ ਨੂੰ। ਬਹੁਤ ਘੱਟ ਬਜਟ ਆ, ਆਈ ਥਿੰਕ ਸੋ, ਮਾਰਕੀਟ ਦੇ ਵਿੱਚ ਕੋਈ ਇਹ ਬਜਟ ਦੇ ਵਿੱਚ ਬੱਚੇ ਨੂੰ ਨਹੀਂ ਭੇਜ ਸਕਦਾ। ਸੋ ਅਸੀਂ ਭੇਜਾਂਗੇ, ਅਸੀਂ ਕਮਿਟਮੈਂਟ ਕਰਦੇ ਹਾਂ। ਸੇਮ ਜਿੱਦਾਂ ਭਾਜੀ ਨੇ ਹੁਣੇ ਗੱਲ ਕਹੀ ਹੈ ਵੀ ਆਪਾਂ 15 ਦਿਨ 'ਚ ਫਾਈਲ ਅੰਬੈਸੀ 'ਚ ਪਾਵਾਂਗੇ, ਅੱਗੇ ਵੀ ਇਹ ਚੀਜ਼ ਆਪਾਂ ਕਹੀ ਸੀ ਵੀ ਅਗਰ ਤੁਹਾਡੀ ਫਾਈਲ 16ਵੇਂ ਦਿਨ ਅੰਬੈਸੀ ਦੇ ਵਿੱਚ ਜਾਂਦੀ ਹੈ, ਓਬਵੀਅਸ ਜੀ ਗੱਲ ਆ, ਅਸੀਂ ਪੈਸਾ ਵੀ ਨਹੀਂ ਤੁਹਾਡੇ ਕੋਲ ਕੋਈ ਲਵਾਂਗੇ।
ਸੋ ਇਹਦੇ ਨਾਲ ਨਾਲ ਕੁਐਸਚਨਸ ਵੀ ਥੋੜੇ ਜਿਹੇ ਲੈ ਲਈਏ ਜੀ ਨਾਲ। ਬਾਈ ਜੀ ਜਿਨ੍ਹਾਂ ਦਾ ਸਾਰਾ ਕੁਝ ਹੋਇਆ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ? ਬਿਲਕੁਲ ਅਰਵਿੰਦ ਜੀ, ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਹੈਗੀ ਜੀ। ਸੋ ਰਿਜ਼ਲਟ ਪੁੱਛਿਆ, ਫਾਈਲ ਲੱਗੀ ਹੋਈ ਹੈ, ਰਿਜ਼ਲਟ ਕਿੰਨੀ ਦੇਰ 'ਚ ਆਊਗਾ? ਸੋ ਅਪਰੋਕਸੀਮੇਟਲੀ ਦੇਖਿਆ ਜਾਵੇ ਮਹੀਨੇ ਦੇ ਵਿੱਚ ਵਿੱਚ ਰਿਜ਼ਲਟ ਆਉਂਦਾ ਪਿਆ ਜੀ। ਵਰਕ ਪਰਮਿਟ ਵਾਲੇ ਸਟੂਡੈਂਟ ਓਪਨ ਵੀਜ਼ਾ ਵਾਲੇ ਅਪਲਾਈ ਕਰ ਸਕਦੇ ਨੇ, ਸੋ ਕੋਈ ਇਹਦੇ ਵਿੱਚ ਦਿੱਕਤ ਨਹੀਂ ਗੀ ਜੀ। ਐਪਲੀਕੇਸ਼ਨ ਸਾਰੀਆਂ ਤੁਸੀਂ ਕਰ ਸਕਦੇ ਹੋ ਜੀ। ਇੱਕ ਹੋਰ ਸੋ ਚੀਜ਼ ਭਾਜੀ ਕਲੀਅਰ ਕਰ ਦਵਾਂ, ਬੱਚਿਆਂ ਦੇ ਮਨ ਦੇ ਵਿੱਚ ਇਹ ਵੀ ਡਾਊਟ ਹੈਗਾ ਜੀ, ਵੀਜ਼ੇ ਨੂੰ ਟਾਈਮ ਬਹੁਤ ਲੱਗਦਾ ਪਿਆ, 5-5 ਦਿਨ ਦੇ ਵਿੱਚ ਵੀਜ਼ੇ ਆ ਰਹੇ ਭਾਜੀ, ਵੀਕ ਵੀ ਲਗਾ ਲਓ, 5-5 ਦਿਨ 'ਚ ਇਸ ਵੇਲੇ ਵੀਜ਼ੇ ਆ ਰਹੇ। ਜੇ ਤੁਹਾਡੀ ਫਾਈਲ 15 ਦਿਨ ਦੇ ਵਿੱਚ ਅੰਬੈਸੀ ਦੇ ਵਿੱਚ ਜਾ ਰਹੀ ਹੈ ਤੇ 5 ਦਿਨ 'ਚ ਤੁਹਾਡਾ ਰਿਜ਼ਲਟ ਵੀ ਆ ਰਿਹਾ, ਕਿਉਂਕਿ ਤੁਸੀਂ ਖੁਦ ਇਹ ਚੀਜ਼ ਸੋਚ ਕੇ ਦੇਖੋ, 22 ਜਨਵਰੀ ਤੋਂ ਬਾਅਦ ਉਹਨਾਂ ਕੋਲ ਫਾਈਲਾਂ ਅੰਬੈਸੀ 'ਚ ਨਹੀਂ ਸੀਗੀਆਂ, ਸੋ ਓਬਵੀਅਸਲੀ ਗੱਲ ਆ 5-5 ਦਿਨ 'ਚ ਤੁਹਾਡੇ ਰਿਜ਼ਲਟ ਆ ਰਹੇ ਹਨ, ਵੀਜ਼ੇ ਆ ਰਹੇ ਆ। ਅਟੈਸਟੇਸ਼ਨ ਲੈਟਰ ਦੇ ਨਾਲ ਸਟਾਰਟਿੰਗ ਆ ਵੀਜ਼ਿਆਂ ਦੀ, ਸੋ ਪਹਿਲਾਂ ਪਹਿਲਾਂ ਹੀ ਬੱਚੇ ਕਰਵਾ ਲੈਣ ਤਾਂ ਵਧੀਆ ਗੱਲ ਆ। ਸਪਤੰਬਰ 2024 ਇਨਟੇਕ ਅਸੀਂ ਸਟਾਰਟ ਕੀਤਾ ਹੋਇਆ, ਸਪਤੰਬਰ 2024 ਦੀ ਲਿਮਿਟਿਡ ਸੀਟਸ ਆ ਆਪਣੇ ਕੋਲ ਅਟੈਸਟੇਸ਼ਨ ਲੈਟਰ ਦੇ ਨਾਲ। ਸੋ ਸਪਾਊਸ ਨੂੰ ਲੈ ਕੇ ਕਾਫੀ ਕੁਐਸਚਨਸ ਦੇਖਣ ਨੂੰ ਮਿਲਦੇ ਪਏ ਨੇ, ਸੋ ਬਹੁਤ ਸਾਰੇ ਐਪਲੀਕੈਂਟ ਐਸੇ ਕਿ ਜਿਹੜੇ ਗ੍ਰੈਜੂਏਟ ਨਹੀਂ, ਸੋ ਮੀਨਵਾਈਲ ਜਿਹੜੇ ਰੂਲਸ ਅਪਡੇਸ਼ਨ ਆਏ ਸੀ ਕਿ ਮਾਸਟਰ ਵਾਲਾ ਐਪਲੀਕੈਂਟ ਜਿਹੜਾ, ਸੋਰੀ ਬੈਚਲਰ ਜਿਹੜਾ ਕਰ ਚੁੱਕਾ, ਮਾਸਟਰ ਡਿਗਰੀ ਪੜ੍ਹਨ ਜਾਣਾ ਚਾਹੁੰਦਾ, ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ, ਬਟ ਐਸੇ ਐਪਲੀਕੈਂਟ ਜਿਹੜੇ ਵਿਆਹੇ ਨੇ 12th, ਸੋ ਬਹੁਤ ਸਾਰੇ ਆਪਸ਼ਨਸ ਹੋਮ ਗਲੋਬਲ ਦੇ ਕੋਲ ਅਵੇਲੇਬਲ ਹੈਗੇ ਨੇ, ਬਟ ਤੁਸੀਂ ਆਫਿਸ ਦੇ ਵਿੱਚ ਸਾਡੇ ਆ ਕੇ ਵਿਜ਼ਿਟ ਕਰੋ, ਸੋ ਦੈਟ ਕੀ ਥੋੜਾ ਜਿਹਾ ਲੈਂਥੀ ਪ੍ਰੋਸੈਸ ਹੈ, ਤੁਹਾਨੂੰ ਦੱਸ ਪਾਵਾਂਗੇ ਤਰੀਕੇ ਦੇ ਨਾਲ। ਇਹਦੇ ਨਾਲ ਨਾਲ ਬਹੁਤ ਸਾਰੇ ਐਪਲੀਕੈਂਟ ਐਸੇ ਕਿ ਜਿਨ੍ਹਾਂ ਦੀ ਆਲਸ ਐਕਸਪਾਇਰ ਹੋਣ ਵਾਲੀ ਹੈ ਜਾਂ ਪੜ੍ਹਾਈ ਦੇ ਵਿੱਚ ਗੈਪ ਜ਼ਿਆਦਾ ਪੈ ਗਿਆ, ਸੋ ਉਹਨਾਂ ਐਪਲੀਕੈਂਟਸ ਨੂੰ ਸੈਸ਼ਨ ਵੀ ਜਲਦੀ ਦੇਵਾਂਗੇ ਤੇ ਫਾਈਲਸ ਵੀ ਜਲਦੀ ਲੱਗਣਗੀਆਂ, ਜੋ ਕਿ ਜਤਿਨਬਾਜੀ ਨੇ ਵੀ ਆਲਰੇਡੀ ਦੱਸਿਆ ਕਿ 15 ਦਿਨ 'ਚ ਫਾਈਲ ਨੂੰ ਆਪਾਂ ਅੰਬੈਸੀ ਦੇ ਵਿੱਚ ਲੌਗਇਨ ਕਰਾਂਗੇ। ਇਹਦੇ ਨਾਲ ਨਾਲ ਬਹੁਤ ਸਾਰੇ ਕਾਲਜਸ, ਚਾਹੇ ਓਨਟੈਰੀਓ ਦੀ ਗੱਲ ਕਰ ਲਈਏ, ਬੀਸੀ ਦੀ ਗੱਲ ਕਰ ਲਈਏ, ਜਾਂ ਅਦਰ ਏਬੀਸੀ ਪ੍ਰੋਵਿੰਸਸ ਦੀ ਗੱਲ ਕਰ ਲਈਏ, ਸੋ ਜਨਵਰੀ ਇਨਟੇਕ ਵੀ ਕਲੋਜ਼ ਹੈ, ਸਪਤੰਬਰ 2025 ਇਨਟੇਕ ਦੇ ਰਹੇ ਹੈ, ਸਟਿਲ ਵੀ ਹੈਵ ਦ ਆਪਸ਼ਨ, ਸੋ ਓਮ ਗਲੋਬਲ ਕੋਲ ਜਿਹੜੇ ਵੀ ਐਪਲੀਕੈਂਟ ਪ੍ਰੋਸੈਸ ਕਰਾਉਣਗੇ, ਸਪਤੰਬਰ 2024 ਇਨਟੇਕ ਦੇ ਵਿੱਚ ਸੀਟਸ ਲੈ ਕੇ ਦੇਵਾਂਗੇ, 15 ਦਿਨ 'ਚ ਫਾਈਲ ਅੰਬੈਸੀ 'ਚ ਲੌਗਇਨ ਕਰਾਂਗੇ। ਤੇ ਗੁੱਡ ਨਿਊਜ਼ ਜਿਹੜੀ ਮੈਂ ਦੱਸਣੀ ਸੀ ਉਹ ਜਤਿਨ ਬਾਜੀ ਨੇ ਆਲਰੇਡੀ ਦੱਸ ਦਿੱਤੀ ਹੈ, 14,47,000 ਦੇ ਵਿੱਚ ਇੰਕਲੂਡਿੰਗ GIC ਤੁਸੀਂ ਆਪਦਾ ਕੈਨੇਡਾ ਦਾ ਵੀਜ਼ਾ ਹਾਸਲ ਕਰ ਸਕਦੇ ਹੋ। ਇੱਕ ਹੋਰ ਚੀਜ਼ ਆ ਭਾਜੀ, ਜਿਵੇਂ ਮੈਨੂੰ ਸਟੂਡੈਂਟ ਮਿਲ ਕੇ ਗਿਆ, ਜੋ ਉਹਦੇ ਤੇ ਵੀ ਜ਼ਰੂਰ ਬੱਚਿਆਂ ਨੂੰ ਦੱਸੋ ਵੀ ਯਾਰ ਮਾਰਕੀਟ ਦੇ ਵਿੱਚ ਅਟੈਸਟੇਸ਼ਨ ਲੈਟਰ ਦੇ ਨਾਮ ਤੇ ਹੀ ਭਾਜੀ ਲੱਖ ਲੱਖ 1.5-1.5 ਲੱਖ ਰੁਪਇਆ ਲੈ ਰਹੇ ਆ, ਤੇ ਉਹਦੇ ਤੇ ਵੀ ਤੁਸੀਂ ਥੋੜਾ ਜਿਹਾ ਚਾਨਣ ਪਾਓ। ਸੋ ਬਹੁਤ ਸਾਰੇ ਐਪਲੀਕੈਂਟ ਐਸੇ ਹੈ ਕਿ ਡੀਐਮ ਵੀ ਆਏ ਆ ਤੇ ਪਰਸਨਲੀ ਮੀਟ ਵੀ ਕਰਕੇ ਗਏ ਆ ਕਿ ਕਿਸੇ ਨੇ $1,000 ਕਿਹਾ, ਕਿਸੇ ਨੇ ਲੱਖ ਰੁਪਇਆ ਕਿਹਾ, ਕਿਸੇ ਨੇ 1.5 ਲੱਖ ਲੈਟਰ ਦੇ ਨਾਮ ਦੇ ਉੱਪਰ। ਸੋ ਕਲੈਰਿਟੀ, ਅਟੈਸਟੇਸ਼ਨ ਲੈਟਰ ਨਾਮ ਦੇ ਉੱਤੇ ਜਿੰਨੀਆਂ ਫੀਸਿਸ ਲੋਕ ਲੈ ਰਹੇ ਆ, ਅਟੈਸਟੇਸ਼ਨ ਲੈਟਰ ਜਿਹੜੀ ਫ੍ਰੀ ਆਫ ਕਾਸਟ ਕਾਲਜ ਇਸ਼ੂ ਕਰਦਾ, ਇਹਦੀ ਕੋਈ ਵੀ ਨਹੀਂ ਹੁੰਦੀ। ਸੋ ਜਿਹੜਾ ਵੀ ਬੰਦਾ ਤੁਹਾਨੂੰ ਕਹਿੰਦਾ ਹੈ ਕਿ ਅਟੈਸਟੇਸ਼ਨ ਲੈਟਰ ਦੀ ਫੀਸ ਇੰਨੀ ਲੱਗਣੀ ਹੈ, ਆਪਦੇ ਕਾਗਜ਼ ਚੱਕੋ, ਉਸ ਆਫਿਸ ਤੋਂ ਬਾਹਰ ਆ ਜਾਓ। ਸੋ ਮੈਂ ਤਾਂ ਇਹੀ ਸਲਾਹ ਦਊਂਗਾ, ਠੱਗੀ ਦਾ ਸ਼ਿਕਾਰ ਬਿਲਕੁਲ ਨਾ ਹੋਇਓ ਜੀ। ਦੂਸਰੀ ਚੀਜ਼ ਆ, ਬੱਚੇ ਦੀ ਫੀਸ ਭਰਵਾਈ ਜਾ ਰਹੀ ਹੈ ਸਰਕਾਰੀ ਕਾਲਜ ਦੇ ਨਾਮ ਤੇ ਕਹਿ ਕੇ, ਬਾਅਦ ਦੇ ਵਿੱਚ ਅਟੈਸਟੇਸ਼ਨ ਲੈਟਰ ਨਹੀਂ ਆ ਰਹੀ ਤੇ ਫੀਸ ਰਿਫੰਡ ਕਰਵਾਈ ਜਾ ਰਹੀ ਹੈ, ਜਿਹਦੇ ਵਿੱਚ 2-2, 3-3 ਹਜ਼ਾਰ ਡਾਲਰ ਬੱਚੇ ਦਾ ਕੱਟ ਕੇ ਆ ਰਿਹਾ। ਬਿਲਕੁਲ ਕੱਟ ਹੋ ਰਿਹਾ। ਹੁਣ ਦੇਖੋ ਜਿੱਦਾਂ ਜਿੱਦਾਂ ਏਜੰਟਸ ਨੂੰ ਕਲੈਰਿਟੀ ਨਹੀਂ ਹੈਗੀ, ਜਾਂ ਕਿਸੇ ਪਹਿਲੇ ਚੀਜ਼ਾਂ ਹੁੰਦੀਆਂ ਸੀਗੀਆਂ ਕਿ ਕਿਸੇ ਵੀ ਕਾਲਜ 'ਚ ਐਪਲੀਕੇਸ਼ਨ ਪੰਚ ਕਰੋ, ਖੁੱਲਾ ਸੱਦਾ ਦਿੰਦੇ ਸੀਗੇ, ਕਾਲਜ ਐਡਮਿਸ਼ਨ ਵੀ ਲੈ ਲਓ, ਫੀਸ ਭਰਾਓ, LOA ਲੈ ਲਓ, ਫਾਈਲ ਲਗਾ ਲਓ, ਬਟ ਹੁਣ ਜਿਹੜੀ ਰੋਕ ਲੱਗੀ ਕੈਪਿੰਗ ਕਰਕੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੀ, ਹਰ ਇੱਕ ਏਜੰਟ ਦੇ ਕੋਲ ਟਾਈਪਸ ਨਹੀਂ ਹੈਗੇ ਤੇ ਹਰ ਇੱਕ ਏਜੰਟ ਦੇ ਕੋਲ ਪ੍ਰੋਵਿੰਸ ਅਟੈਸਟੇਸ਼ਨ ਲੈਟਰ ਨਹੀਂ ਮਿਲ ਸਕਦੇ, ਕਿਉਂਕਿ ਅਗਰ ਕੋਈ ਪਹਿਲਾਂ B2B ਏਜੰਟ ਕਰਦਾ ਸੀਗਾ ਕਿ ਇੱਕ ਛੋਟਾ ਦਫ਼ਤਰ ਵਾਲਾ ਬੰਦਾ ਹੈ, ਕਿਸੇ ਚੰਗੇ ਕੰਸਲਟੈਂਟ ਜਿਹਦੇ ਕੋਲ ਕਾਲਜ ਦਾ ਟਾਈਪ ਹੈ, ਉਹਨੂੰ ਕੇਸ ਦੇ ਦਿੰਦਾ ਸੀਗਾ, ਉਹ ਪ੍ਰੋਸੈਸ ਕਰਾਉਂਦਾ ਹੀ, ਬਟ ਮੀਨਵਾਈਲ ਹੁਣ ਜਿਹੜਾ ਏਜੰਟ ਖੁਦ ਕਹਿੰਦਾ ਕਿ ਯਾਰ ਮੈਂ ਆਪਦੀ ਐਪਲੀਕੇਸ਼ਨ ਹੀ ਕਰੂੰਗਾ, ਉਹਦੇ ਕਰਕੇ ਥੋੜੀ ਜਿਹੀ ਪ੍ਰੋਬਲਮ ਆਉਂਦੀ ਪਈ ਹੈ। ਸੋ ਜਿਹੜੇ ਵੀ ਐਪਲੀਕੈਂਟ ਹੈਗੇ ਆ, ਪਹਿਲਾਂ ਤਾਂ ਆਪਦਾ ਕੰਸਲਟੈਂਟ ਧਿਆਨ ਨਾਲ ਚੂਜ਼ ਕਰੋ, ਕਿਉਂਕਿ ਜੇ ਆਪਾਂ ਕੋਈ 150 ਰੁਪਏ ਦਾ ਬਰਗਰ ਵੀ ਖਰੀਦਦੇ ਹੋ ਹੀ ਆਨਲਾਈਨ ਹੋ ਜਾਂਦਾ, ਬਟ ਜਦੋਂ ਕਰੀਅਰ ਦੀ ਗੱਲ ਆਉਂਦੀ ਹੈ, ਫੀਸਿਸ ਦੀ ਗੱਲ ਆਉਂਦੀ ਹੈ,
ਉਦੋਂ ਕਲੈਰਿਟੀ ਮਿਲਦੀ ਨਹੀਂ। ਸੋ ਜਿਹੜਾ ਬੰਦੇ ਕੋਲ ਟਾਇਆ ਪੈ ਗਿਆ ਹੈ, ਜਿਹੜੇ ਬੰਦੇ ਨੂੰ ਐਕਸਪੀਰੀਅੰਸ ਹੈ ਕੰਮ ਕਰਨ ਦਾ ਔਰ ਕਾਫੀ ਹੱਦ ਤੱਕ ਫਾਈਲਾਂ ਕਰ ਚੁੱਕਾ, ਉਹਦੇ ਕੋਲ ਆਪਦੀ ਐਪਲੀਕੇਸ਼ਨ ਨੂੰ ਤੁਸੀਂ ਪ੍ਰੋਸੈਸ ਕਰਾਓ। ਜਿੱਦਾਂ ਕਿ ਹੁਣ ਅਪਡੇਟ ਆਈ ਸੀ ਕਿ ਓਨਟਾਰੀਓ ਦੇ ਕੁਝ ਕਾਲਜਸ ਨੂੰ ਲੈ ਕੇ, ਫੋਰ ਐਗਜ਼ਾਮਪਲ ਕਿਸੇ ਨੇ ਪਲੰਬਿੰਗ 'ਚ ਅਪਲਾਈ ਕਰਤਾ ਜਾਂ ਫੈਂਸ਼ੂਏ ਦੇ ਵਿੱਚ ਅਪਲਾਈ ਕਰਦਾ, IBM GBM ਵਾਲਾ ਬੱਚਾ, ਸੋ ਉਹ ਬੱਚੇ ਦੀ ਫੀਸ ਫਸਣੀ ਹੀ ਫਸਣੀ ਸੀਗੀ। ਇੱਥੇ ਬੱਚੇ ਨੂੰ ਵੀ ਥੋੜ੍ਹਾ ਜਿਹਾ ਸਮਝਣ ਦੀ ਨੀਡ ਹੈਗੀ ਹੈ ਜੀ। ਓਵਰਆਲ ਇਹੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਯਾਰ ਆਪਣੇ ਪੈਸੇ ਨਾ ਖਰਾਬ ਕਰੋ। ਬਹੁਤ ਸਾਰੇ ਸਟੂਡੈਂਟ ਮਿਲਦੇ ਆ ਕੇ ਜਿਹੜੇ ਪਹਿਲਾਂ ਪੈਸੇ ਦੇ ਦਿੰਦੇ ਆ ਵੀ ਆਹ ਕਾਲਜ ਸਾਨੂੰ ਦੇ ਰਿਹਾ, ਏਜੰਟ ਆਹ ਕਾਲਜ ਦੇ ਰਿਹਾ। ਹੁਣ ਤਾਂ ਮੋਸਟਲੀ ਏਜੰਟਾਂ ਨੇ ਵੈਸੇ ਤਾਂ ਸਟੂਡੈਂਟ ਵੀਜ਼ਾ ਬੰਦ ਹੀ ਕਰ ਦਿੱਤਾ, ਕੋਈ SX1 ਵੀਜ਼ਾ ਕਰ ਰਿਹਾ, ਕੋਈ ਟੂਰਿਸਟ ਵੀਜ਼ਾ ਕਰ ਰਿਹਾ ਜੀ। ਓਬਵੀਅਸ ਜੀ ਗੱਲ ਆ, SX1 ਦੇ ਨਾਮ ਤੇ ਵੀ ਬੱਚੇ ਤੋਂ ਪੈਸੇ ਬੜੇ ਲਏ ਜਾ ਰਹੇ ਆ ਵੀ ਇਹਦੇ ਵਿੱਚ ਪਹਿਲਾਂ ਇੰਨੇ ਪੈਸੇ ਲਵਾਂਗੇ, ਬਾਅਦ ਦੇ ਵਿੱਚ ਇੰਨੇ ਪੈਸੇ ਲਵਾਂਗੇ। ਕੋਈ ਪੈਸਾ ਦੇਣ ਦੀ ਤੁਹਾਨੂੰ ਲੋੜ ਨਹੀਂ ਹੈਗੀ, ਪਹਿਲਾਂ ਆਪਣਾ ਕੰਮ ਕਰਵਾਓ। ਹੁਣ ਸਹੀ ਟਾਈਮ ਆ ਤੁਹਾਡੇ ਕੋਲ, ਤੁਹਾਨੂੰ ਨੌਲੇਜ ਲੈਣ ਦੀ ਲੋੜ ਹੈਗੀ ਹੈ ਵੀ ਤੁਸੀਂ ਆਪਣਾ ਅਗਰ ਕਰੀਅਰ ਬਣਾਉਣਾ ਵਾ, ਤੁਸੀਂ ਕੈਨੇਡਾ ਜਾਣਾ, ਤੁਹਾਨੂੰ ਉਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਵੀ ਯਾਰ ਇਹ ਮੈਨੂੰ ਭੇਜਦਾ ਕਿੱਥੇ ਪਿਆ। ਕੱਲਾ ਜੇ ਭੇਜਣਾ ਮੋਟਿਵ ਹੈਗਾ ਫਿਰ ਤਾਂ ਓਬਵੀਅਸ ਜੀ ਗੱਲ ਆ, ਪਹੁੰਚ ਜਾਓ ਅੱਗੇ। ਫਿਊਚਰ ਹੈ ਨਹੀਂ ਤੁਹਾਡਾ, ਕੋਈ ਕੋਈ ਵੀ ਆਉਣ ਵਾਲੇ ਟਾਈਮ ਦੇ ਵਿੱਚ ਇੱਦਾਂ ਦਾ ਫਿਊਚਰ ਨਹੀਂ ਹੋਏਗਾ ਜਿਹੜਾ ਬੰਦਾ ਪਹੁੰਚ ਜਾਏਗਾ। ਜਿਹਨੂੰ ਨੌਲੇਜ ਹੋਏਗੀ ਜਾਂ ਜਿਹਨੇ ਓਬਵੀਅਸ ਜੀ ਗੱਲ ਆਪਣਾ ਪ੍ਰੋਸੈਸ ਸਮਝਿਆ ਹੋਏਗਾ ਵੀ ਮੈਨੂੰ ਕਿਸ ਤਰੀਕੇ ਨਾਲ ਭੇਜਿਆ ਜਾ ਰਿਹਾ, ਉਹੀ ਬੱਚਾ ਉੱਥੇ ਸਕਸੈਸਫੁਲ ਹੋਏਗਾ, ਅਦਰਵਾਈਜ਼ ਨਹੀਂ। ਨੈਕਸਟ ਕੁਐਸਚਨ ਹੈ ਜੀ, ECR ਪਾਸਪੋਰਟ ਦਾ 8th ਕਰ ਰਹੇ ਬਣ ਜੂ ਕਿਤੇ ਦਾ। ਸੋ ਦੇਖੋ ਜੀ, ECR ਪਾਸਪੋਰਟ ਹੈ ਦੈਟ ਮੀਨਸ ਕਿ ਤੁਸੀਂ 10th ਨਹੀਂ ਕੀਤੀ। ਸੋ ਸਟੂਡੈਂਟ ਵੀਜ਼ਾ ਲਈ ਬਿਲਕੁਲ ਵੀ ਐਲੀਜੀਬਲ ਨਹੀਂ ਹੈਗੇ ਜੀ। ਟੂਰਿਸਟ ਵੀਜ਼ਾ ਜਿਹੜੀ ਮਰਜ਼ੀ ਕੰਟਰੀ ਦਾ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਇਹਦੇ ਨਾਲ ਨਾਲ ਐਲੀਜੀਬਿਲਟੀ ਕ੍ਰਾਈਟੀਰੀਆ ਦਾ ਵੀ ਕੁਐਸਚਨ ਆਉਂਦਾ ਕਿ ਬਹੁਤ ਸਾਰੇ ਐਪਲੀਕੈਂਟ ਆ ਜਿਹੜੇ ਹਜੇ ਵੀ ਕਲੈਰਿਟੀ ਨਹੀਂ ਹੈਗੀ। ਸੋ ਜੇਕਰ ਤੁਸੀਂ ਮਿਨੀਮਮ 12th ਕਰ ਚੁੱਕੇ ਹੋ, ਐਟਲੀਸਟ ਤੁਹਾਡੇ 50% ਸਕੋਰ ਹੈਗੇ ਆ, 6 ਬੈਂਡ ਓਵਰਆਲ 60 ਸਕੋਰ PT ਦਾ ਹੈਗਾ। ਸੋ ਮੈਟਰ ਨਹੀਂ ਕਰਦਾ ਤੁਹਾਡੇ 1 ਚ 5.5 ਆ, 2 ਚ 5.5 ਆ, ਜਾਂ 3 ਚ 5.5 ਆ, ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਸਿਰਫ ਤੇ ਸਿਰਫ 14,47,000 ਦੇ ਵਿੱਚ ਆਪਦਾ ਵੀਜ਼ਾ ਹਾਸਲ ਕਰ ਸਕਦੇ ਹੋ, ਪੈਸੇ ਦੇ ਸਕਦੇ ਹੋ ਵੀਜ਼ਾ ਲੱਗਣ ਤੋਂ ਬਾਅਦ। ਨਾਲ ਦੇ ਨਾਲ ਇਨਟੇਕ ਦੀ ਗੱਲ ਕਰੀਏ, ਸਪਟੰਬਰ ਇਨਟੇਕ ਦੇ ਵਿੱਚ ਦਾਖਲਾ ਲੈ ਕੇ ਸਿਰਫ 15 ਦਿਨ 'ਚ ਆਪਦੀ ਫਾਈਲ ਨੂੰ ਅੰਬੈਸੀ 'ਚ ਲੌਗਇਨ ਕਰ ਸਕਦੇ ਹੋ ਤੇ ਆਪਦਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ ਜੀ। ਇੱਕ ਅਰਸ਼ ਜੀ ਦਾ ਮੈਸੇਜ ਆ ਰਿਹਾ ਵੀ ਟਾਈਮ ਕਿੰਨਾ ਲੱਗਦਾ PPR ਆਉਣ ਤੋਂ ਬਾਅਦ ਪਾਸਪੋਰਟ ਸਟੈਂਪ ਹੋਣ ਨੂੰ, ਪਰ ਇਹ ਐਟਲੀਸਟ 20 ਦਿਨ ਤੁਸੀਂ ਲਗਾ ਕੇ ਚੱਲੋ, 20 ਤੋਂ 22 ਦਿਨ ਵਰਕਿੰਗ ਡੇਸ ਲੱਗਣੇ ਹੀ ਲੱਗਣੇ ਆ। ਪ੍ਰੀਮੀਅਮ ਸਰਵਿਸ ਵੀ ਅਗਰ ਤੁਸੀਂ ਲਈ ਹੋਈ ਹੈ, ਟਾਈਮ ਲੱਗਣਾ ਹੀ ਲੱਗਣਾ ਜੀ ਪਾਸਪੋਰਟ ਆਉਣ ਨੂੰ ਤੁਹਾਡਾ। ਸੋ ਇੱਕ ਹੋਰ ਚੀਜ਼ ਆ ਭਾਜੀ, ਇਸ ਤੋਂ ਇਲਾਵਾ ਇਹ ਤਾਂ ਹੋ ਗਿਆ ਜੀ ਕੈਨੇਡਾ, ਕੈਨੇਡਾ ਤਾਂ ਬਹੁਤ ਵਧੀਆ, ਇਸ ਵੇਲੇ ਅਸੀਂ ਆਫਰ ਹੀ ਬੱਚਿਆਂ ਨੂੰ ਦੇ ਦਿੱਤੀ। ਇਸ ਤੋਂ ਇਲਾਵਾ ਆਪਾਂ UK ਵੀ ਸਟਾਰਟ ਕੀਤਾ ਹੋਇਆ, ਸੋ ਉਹਦੇ ਬਾਰੇ ਵੀ ਇਹਨਾਂ ਨੂੰ ਦੱਸੋ ਵੀ UK ਦੇ ਵਿੱਚ ਆਪਾਂ ਕੀ ਕਰ ਰਹੇ ਹਾਂ। UK ਦੇ ਵਿੱਚ ਮਤਲਬ ਜਦੋਂ ਗੱਲ ਪੰਜਾਬ ਦੀ ਐਪਲੀਕੇਸ਼ਨ ਦੀ ਆ, ਪੰਜਾਬ ਦੇ ਨੀਅਰੈਸਟ ਏਰੀਆ ਸੀ ਆਉਂਦੀ ਹੈ, ਲਾਈਕ ਆਪਾਂ ਅਗਰ ਹਰਿਆਣਾ ਵੀ ਲੈਂਦੇ ਹਾਂ, ਜੰਮੂ ਸਾਈਡ ਵੀ ਲੈਂਦੇ ਹਾਂ, ਸੋ ਬਹੁਤ ਸਾਰੇ ਐਪਲੀਕੈਂਟ ਐਸੇ ਕਿ ਜਿਹੜੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ। ਸੋ ਇਨੀਸ਼ੀਏਟ ਹੋਮ ਗਲੋਬਲ ਹਮੇਸ਼ਾ ਲੈਂਦਾ ਕਿ ਜਦੋਂ ਕਿਤੇ ਸਟੂਡੈਂਟ ਨੂੰ ਦਿੱਕਤ ਆਉਂਦੀ ਹੈ, ਚਾਹੇ ਕਿਸੇ ਕੰਟਰੀ ਦੇ ਰੂਲਸ ਨੂੰ ਲੈ ਕੇ, ਚਾਹੇ ਸਟੂਡੈਂਟ ਜਦੋਂ ਠੱਗੀ ਦਾ ਸ਼ਿਕਾਰ ਹੁੰਦਾ, ਸੋ ਹਮੇਸ਼ਾ ਇਨੀਸ਼ੀਏਟ ਹੋਮ ਗਲੋਬਲ ਹੀ ਲੈਂਦਾ। ਤੇ ਜਦੋਂ ਵੀ ਕੋਈ ਰੂਲ ਅਪਡੇਟ ਹੁੰਦੇ, ਸਭ ਤੋਂ ਪਹਿਲੇ ਹੋਮ ਗਲੋਬਲ ਹੀ ਅੱਗੇ ਆ ਕੇ ਸਟੂਡੈਂਟ ਦੇ ਫੇਵਰ ਦੀ ਗੱਲ ਕਰਕੇ ਉਹਦਾ ਹੱਲ ਕਰਵਾਉਂਦਾ। ਸੋ ਇਹਦੇ ਨਾਲ ਨਾਲ ਜਿਹੜੇ ਐਪਲੀਕੈਂਟ ਐਸੇ ਹੈਗੇ ਕਿ UK ਜਾਣਾ ਚਾਹੁੰਦੇ ਆ, ਸੋ UK ਜਾਣ ਵਾਲੇ ਐਪਲੀਕੈਂਟ ਲਈ ਖੁਸ਼ਖਬਰੀ ਇਹ ਰਹੂਗੀ ਕਿ ਫੀਸ ਆਫਟਰ ਵੀਜ਼ਾ ਆਪਸ਼ਨਸ ਵੀ ਅਵੇਲੇਬਲ ਰਹਿਣਗੀਆਂ। ਸੋ ਜਿਹੜੇ ਵੀ ਐਪਲੀਕੈਂਟ ਬਿਨਾਂ ਨਿੱਕਾ ਪੈਸਾ ਖਰਚੇ UK ਦਾ ਵੀਜ਼ਾ ਹਾਸਲ ਕਰ ਸਕਦੇ ਆ ਤੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਆ। ਸੋ ਤੁਹਾਡੀ ਪੜ੍ਹਾਈ ਦੇ ਵਿੱਚ ਅਗਰ ਗੈਪ ਹੈ ਉਹ ਮੈਟਰ ਨਹੀਂ ਕਰਦਾ, ਪਰਸੈਂਟੇਜ ਘੱਟ ਹੈ ਮੈਟਰ ਨਹੀਂ ਕਰਦਾ, ਸਿਰਫ ਆਇਲਸ ਦੇ 6 ਬੈਂਡ ਹੈਗੇ ਆ, ਤੁਸੀਂ ਆਪਦਾ UK ਦਾ ਵੀਜ਼ਾ ਵੀ ਹਾਸਲ ਕਰ ਸਕਦੇ ਹੋ ਜੀ। ਸੋ ਇੱਕ ਰਾਈਟ ਟਾਈਮ ਆ ਤੁਹਾਡੇ ਸਾਰਿਆਂ ਲਈ ਵੀ ਹੁਣ ਅਟੈਸਟੇਸ਼ਨ ਲੈਟਰ ਇਸ਼ੂ ਹੋਣੇ ਸਟਾਰਟ ਹੋ ਗਏ ਆ। ਬੜੇ ਬੱਚਿਆਂ ਦੇ ਕੁਐਸਚਨ ਸੀਗੇ ਵੀ ਕੋਈ ਨਾ ਇੱਕ ਵਾਰ ਅਟੈਸਟੇਸ਼ਨ ਲੈਟਰ ਇਸ਼ੂ ਹੋ ਲੈਂਦੋ, ਫਿਰ ਆਪਾਂ ਆਪਣਾ ਵੀਜ਼ਾ ਅਪਲਾਈ ਕਰਾਂਗੇ। ਸੋ ਇਹ ਰਾਈਟ ਟਾਈਮ ਆ, ਹਲੇ ਵੀ ਆਇਲਸ ਓਵਰਆਲ 6 ਹੀ ਚੱਲਦੇ ਪਏ ਆ, ਨੋਟ ਲੈਸ ਦੈਨ ਤੁਹਾਡੇ 5 ਬੈਂਡ ਆ, 5.5 ਬੈਂਡ ਆ, ਫਿਰ ਵੀ ਤੁਸੀਂ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ। ਸੋ ਜਿੰਨੀ ਜਲਦੀ ਹੋ ਸਕਦਾ ਤੁਸੀਂ ਇਸ ਇਨਟੇਕ ਨੂੰ ਗ੍ਰੈਬ ਕਰੋ, ਅਦਰਵਾਈਜ਼ ਜੋ ਵੀ ਬੱਚੇ ਹੈਗੇ ਆ, ਜਿਹੜੇ ਬੱਚੇ ਕੁਛ ਨੌਲੇਜ ਵੀ ਲੈਣਾ ਚਾਹੁੰਦੇ, ਸਮਝਣਾ ਵੀ ਚਾਹੁੰਦੇ, ਸਾਨੂੰ ਆਫਿਸਾਂ ਦੇ ਵਿੱਚ ਆ ਕੇ ਮਿਲੋ। ਬ੍ਰਾਂਚਾਂ ਸਾਡੀਆਂ ਜਲੰਧਰ, ਚੰਡੀਗੜ੍ਹ, ਬਠਿੰਡਾ,
ਅੰਮ੍ਰਿਤਸਰ ਪਿਓਵਾ ਐਂਡ ਯਮੁਨਾਨਗਰ ਦੇ ਵਿੱਚ ਹੈਗੀ ਹੈ। 9161 9167 ਤੇ ਕਾਲ ਕਰਕੇ ਵੀ ਤੁਸੀਂ ਅਪੁਆਇੰਟਮੈਂਟ ਬੁੱਕ ਕਰਵਾ ਕੇ ਵੀ ਆ ਸਕਦੇ ਹੋ ਐਂਡ ਉੱਤੇ ਆਨਲਾਈਨ ਵੀ ਇਨਕੁਆਇਰੀ ਲੈ ਸਕਦੇ ਹੋ। ਸੋ ਥੈਂਕ ਯੂ ਜਤਿਨ ਭਾਜੀ। ਸੋ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਦਿਮਾਗ ਦੇ ਵਿੱਚ ਆਉਂਦੀ ਕਿ ਜਦੋਂ ਤੁਸੀਂ ਆਲਰੇਡੀ ਜ਼ਿਕਰ ਕੀਤਾ ਇਸ ਚੀਜ਼ ਦਾ, ਸੋ ਜੀ ਬਹੁਤ ਸਾਰੇ ਐਸੇ ਕਿ ਕੈਨੇਡਾ ਜਾਣਾ ਚਾਹੁੰਦੇ ਬਟ ਵੇਟ ਕਰਦੇ ਕਿ ਕੋਈ ਗੱਲ ਨਹੀਂ ਆਹ ਚੀਜ਼ ਹੋ ਜੂਗੀ ਫਿਰ ਆਪਾਂ ਦੇਖਾਂਗੇ। ਜਦੋਂ ਇੱਕ ਚੀਜ਼ ਹੁਣ ਸਮਝਣ ਦੀ ਲੋੜ ਹੈ, ਜਿੱਥੇ ਕੰਸਲਟੈਂਟ ਜਾਂ ਏਜੰਟ ਵਾਸਤੇ ਸੀਟਸ ਨਹੀਂ ਰਹੀਆਂ, ਬੱਚਿਆਂ ਵਾਸਤੇ ਵੀ ਨਹੀਂ ਰਹਿਣੀਆਂ। ਇੱਕ ਸਟੂਡੈਂਟ ਹੈ ਜਿਹਦੀ ਆਪਦੀ ਪ੍ਰੋਫਾਈਲ ਹੈ, ਇੱਕ ਐਪਲੀਕੇਸ਼ਨ ਤੇ ਕੰਮ ਹੋਊਗਾ, ਬਟ ਦੂਜੇ ਪਾਸੇ ਜਿਹੜਾ ਏਜੰਟ ਜਾਂ ਕੰਸਲਟੈਂਟ ਹੈ ਜਿਹਨੇ ਕਈ 100 ਜਾਂ ਕਈ ਹਜ਼ਾਰਾਂ ਫਾਈਲਾਂ ਲਾਉਣੀਆਂ, ਉਹਨੂੰ ਵੀ ਕੈਪਿੰਗ ਦਿੱਤੀ ਕਿ ਫੋਰ ਐਗਜ਼ਾਮਪਲ ABC ਕਾਲਜ ਹੈ, ਉਹਦੀਆਂ 100 ਸੀਟਾਂ, ਦੂਜੇ ਦੀਆਂ 200 ਹੈ, ਕਿਸੇ ਤੀਜੇ ਦੀਆਂ 500 ਹੈ, ਬਟ ਜਦੋਂ ਉਹ ਕੋਟਾ ਪੂਰਾ ਹੋ ਗਿਆ ਐਡਮਿਸ਼ਨ ਨਹੀਂ ਮਿਲਣੀ, ਦਾਖਲੇ ਬੰਦ ਹੋ ਜਾਣੇ। ਸੋ ਜਿਹੜਾ ਸਟੂਡੈਂਟ ਵੇਟ ਕਰਦਾ ਪਿਆ ਕਿ ਮੈਂ ਫਲਾਣੇ ਫਲਾਣੇ ਦਾ ਪਹਿਲਾਂ ਵੀਜ਼ਾ ਦੇਖੂੰਗਾ ਜਾਂ ਉਹਦੀ PPR ਆਊਗੀ ਫੇਰ ਕਰਾਂਗਾ ਜਾਂ ਉਹਦਾ ਟੈਸਟੇਸ਼ਨ ਲੈਟਰ ਆਏਗਾ ਫੇਰ ਕਰੂੰਗਾ, ਹੁਣ ਜਿੰਨੀਆਂ ਐਪਲੀਕੇਸ਼ਨ ਹੋ ਗਈਆਂ ਜਿੱਦਾਂ ਜਿੱਦਾਂ ਕਾਲਜਸ ਦੇ ਕੋਲ ਸੀਟਸ ਕੰਪਲੀਟ ਹੋਣੀਆਂ ਸ਼ੁਰੂ ਹੋ ਗਈਆਂ, ਕਾਲਜ ਵੀ ਚੂਜ਼ ਹੀ ਹੋ ਜਾਊਗਾ। ਅੱਜ ਕਾਲਜ ਕੋਲੋਂ 10 ਸੀਟਾਂ ਜੇ ਕਿਸੇ ਕੋਲ ਰਹਿ ਗਈਆਂ, ਕੋਈ 10 ਦੇ 10 ਬੱਚੇ ਜੇ 7 ਬੈਂਡ ਵਾਲੇ, ਉਹ 7 ਬੈਂਡ ਵਾਲੇ ਬੱਚੇ ਨੂੰ ਐਡਮਿਸ਼ਨ ਦੇਗਾ, 5.5 ਵਾਲੇ ਨੂੰ 2 ਚ ਭਾਵੇਂ 3 ਚ ਐਡਮਿਸ਼ਨ ਨਹੀਂ ਮਿਲੇਗੀ। ਸੋ ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ। ਜਿਤਿਨ ਭਾਜੀ ਨੇ ਆਲਰੇਡੀ ਕਿਹਾ ਕਿ ਟਾਈਮ ਜਿਹੜਾ ਗੋਲਡਨ ਹੈਗਾ, ਪ੍ਰੀਸ਼ੀਅਸ ਟਾਈਮ ਹੈਗਾ, ਜਿਹਦੇ ਵਿੱਚ ਇਨਟੇਕ ਵੀ ਤੁਹਾਨੂੰ ਜਲਦੀ ਮਿਲਦਾ, ਫਿਰ ਚਾਹੇ ਐਪਲੀਕੈਂਟ ਜਿਹੜਾ ਫਸਟ ਟਾਈਮ ਅਪਲਾਈ ਕਰਨਾ ਚਾਹੁੰਦਾ ਜਾਂ ਆਲਰੇਡੀ ਕੈਨੇਡਾ ਦਾ ਵੀਜ਼ਾ ਹਾਸਲ ਕਰ ਸਕਦਾ, ਉਹ ਵੀ ਬਿਲਕੁਲ ਲਾਈਕ 15 ਲੱਖ ਤੋਂ ਵੀ ਘੱਟ ਦੇ ਬਜਟ 'ਚ, 14,47,000 ਇੰਕਲੂਡਿੰਗ GST। ਮੈਨੂੰ ਲੱਗਦਾ ਨੀਗਾ ਪੰਜਾਬ ਤੇ ਦੂਰ ਇੰਡੀਆ ਦੇ ਵਿੱਚ ਵੀ ਕੋਈ ਇੱਦਾਂ ਦੀ ਚੀਜ਼ ਕਰ ਰਿਹਾ। ਸੋ ਵੀ ਆਰ ਦਾ ਫਸਟ ਜਿਹੜੇ ਵੀ ਐਪਲੀਕੈਂਟ ਇਸ ਚੀਜ਼ ਦਾ ਫਾਇਦਾ ਲੈਣਾ ਚਾਹੁੰਦੇ ਆ, ਸੋ ਜਲਦੀ ਤੋਂ ਜਲਦੀ ਸਾਡੀ ਟੀਮ ਦੇ ਨਾਲ ਰਾਬਤਾ ਕਰ ਸਕਦੇ ਆ। ਸੋ ਜਤਿਨ ਬਾਜੀ ਬਹੁਤ ਬਹੁਤ ਤੁਹਾਡਾ ਥੈਂਕ ਯੂ। ਸੋ ਇਹ ਲਾਈਵ ਸੈਸ਼ਨ ਨੂੰ ਵੀ ਕੰਪਲੀਟ ਕਰਦੇ ਆ ਜੀ। ਸੋ ਜਿੰਨੀ ਵੀ ਤੁਹਾਡੀ ਕੁਐਰੀ ਹੈ ਜਾਂ ਕੁਐਸਚਨ ਤੁਸੀਂ ਰੇਜ਼ ਕਰਨਾ ਚਾਹੁੰਦੇ ਸੀਗੇ ਨਹੀਂ ਕਰ ਪਾਏ, ਸਾਡੇ ਕਿਸੇ ਵੀ ਨਜ਼ਦੀਕੀ ਬ੍ਰਾਂਚ ਦੇ ਵਿੱਚ ਤੁਸੀਂ ਵਿਜ਼ਿਟ ਕਰੋ ਜਾਂ ਕਾਲ ਕਰ ਸਕਦੇ ਹੋ 9161 9167 ਦੇ ਉੱਪਰ। ਸਾਰੇ ਵਿਊਅਰਸ ਦਾ ਬਹੁਤ ਬਹੁਤ ਧੰਨਵਾਦ ਤੇ ਜਤਿਨ ਬਾਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ।